ਇੱਕ ਕਮੇਟੀ ਜਵਦੀ ਟਕਸਾਲ ਵਿੱਚ ਬਣਾਈ ਗਈ ਸੀ 25-26 ਵਿਦਵਾਨਾਂ ਨੇ ਮੀਟਿੰਗਸ ਕੀਤੀਆਂ 25-26 ਉਹਦੇ ਵਿੱਚ 62 ਰਾਗਾਂ ਦੇ ਸਰੂਪ ਨਿਸ਼ਚਿਤ ਹੋਏ ਉਹ ਵਿਦਵਾਨਾਂ ਨੇ ਗੁਣੀ ਜਨਾਂ ਨੇ ਜਿਹੜੇ ਉਸ ਸਮੇਂ ਟੌਪ ਦੇ ਸੀ ਉਹਨਾਂ ਨੇ ਇਹ ਰਾਗਾਂ ਦਾ ਸਰੂਪ ਨਿਸ਼ਚਿਤ ਕੀਤੇ ਠੀਕ ਹੈ ਜੀ ਉਹਦੇ ਅਕੋਰਡਿੰਗ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 62 ਰਾਗ 62 ਰਾਗ ਨੇ 31 ਮੁੱਖ ਰਾਗ ਨੇ 31 ਰਾਗ ਪ੍ਰਕਾਰ ਨੇ 55 ਪੜਤਾਲਾਂ ਨੇ 55 ਪੜਤਾਲਾਂ ਨੇ ਠੀਕ ਹੈ ਜੀ 19 ਗੁਰੂ ਰਾਮਦਾਸ ਮਹਾਰਾਜ ਨੇ ਗਏ ਅਤੇ 36 ਗੁਰੂ ਅਰਜਨ ਦੇਵ ਮਾਨ ਕੇਵਲ 2 ਗੁਰੂ ਸਾਹਿਬਾਂ ਨੇ ਬੜੇ ਯੂਨੀਕ ਸਿੰਗਿੰਗ ਸਟਾਈਲ ਨੂੰ ਗੁਰਮੁਖ ਸਿੰਘ ਦੀ ਜਿਹੜੀ ਪੜਤਾਲਾਂ ਨੇ ਬੜੀ ਯੂਨੀਕ ਸਿੰਗਿੰਗ ਸਟਾਈਲ ਨੇ ਬਹੁਤ ਟਫ ਹੈ ਕਿਉਂਕਿ ਮਹਾਰਾਜ ਚਾਹੁੰਦੇ ਨੇ ਮੈਨੂੰ ਐਂ ਲੱਗਦਾ ਮਹਾਰਾਜ ਚਾਹੁੰਦੇ ਨੇ ਉਹਦਾ ਕੀਰਤਨਕਾਰ ਸਾਧਕ ਹੋਵੇ ਰਿਆਜ਼ੀ ਹੋਵੇ ਤਪੱਸਵੀ ਹੋਵੇ ਕਿਉਂਕਿ ਸਭ ਤੋਂ ਵੱਧ ਕੀਰਤਨ ਬਹੁਤ ਕੀਰਤਨ ਨੂੰ ਮਹਾਰਾਜ ਨੇ ਕੀਰਤਨ ਕਰਨ ਵਾਲੇ ਨੂੰ ਬਹੁਤ ਵਡਿਆਈ ਦਿੱਤੀ ਭਲੋ ਭਲੋ ਰੇ ਕੀਰਤਨੀਆਂ ਵਾਹ ਵਾਹ ਕਿਆ ਖੂਬ ਗਾਵਤਾ ਹੈ ਮਹਾਰਾਜ ਕਹਿੰਦੇ ਐਸਾ ਕੀਰਤਨ ਕਰ ਮਨ ਮੇਰੇ ਇਹਾਂ ਉਹਾਂ ਜੋ ਕੰਮ ਤੇ ਗੁਰੂ ਸਾਹਿਬ ਕਹਿੰਦੇ ਨੇ ਵਡਭਾਗੀ ਹਰ ਕੀਰਤਨ ਗਾਈ ਹੈ ਪਾਰ ਬ੍ਰਹਮ ਤੂੰ ਦੇਹ ਤਾਂ ਪਾਈ ਹੈ ਕਿੰਨੀ ਵੱਡੀ ਦਾਤ ਹੈ ਜੇ ਰੱਬ ਨੇ ਦਿੱਤੀ ਹੈ ਵਾਹਿਗੁਰੂ ਜੀ ਬਖਸ਼ਦੇ ਨੇ ਤਾਂ ਸਾਨੂੰ ਉਹ ਦਾਤ ਸਾਡੀ ਝੋਲੀ ਵਿੱਚ ਪੈ ਜਾਂਦੀ ਹੈ ਮੈਨੂੰ ਇੰਨਾ ਕੁ ਲੱਗਦਾ ਕਿ ਜੋ ਗੁਰੂ ਸਾਹਿਬ ਨੇ ਹੁਕਮ ਕੀਤਾ ਨਾ ਉਹਦੇ ਅਕੋਰਡਿੰਗ ਇਸ ਕਰਕੇ ਇਹ ਸਵਾਲ ਵੀ ਇਸ ਤਰ੍ਹਾਂ ਦਾ ਕਿ ਉਹਦੇ ਅਕੋਰਡਿੰਗ ਸਾਨੂੰ ਸੋਚਣਾ ਵੀ ਨਹੀਂ ਚਾਹੀਦਾ ਸਾਨੂੰ ਤਾਂ ਇਹ ਹੈ ਕਿ ਕੀਰਤਨ ਅਤੇ ਰਾਗ ਦਾ ਕੀ ਮਹੱਤਵ ਹੈ ਸਾਨੂੰ ਕਿਹਾ ਇਸ ਰਾਗ ਆਸਾ ਦੇ ਵਿੱਚ ਗਾਓ ਆਸਾ 'ਚ ਗਾਓ ਬਿਲਾਵਲ ਦਾ ਸ਼ਬਦ ਬਿਲਾਵਲ 'ਚ ਗਾਓ ਉਹ ਨੇਚਰ ਦੀ ਗੱਲ ਹੈ ਉਹ ਸੁਭਾਅ ਦੀ ਗੱਲ ਹੈ ਗੁਰੂ ਸਾਹਿਬ ਨੇ ਜੋ ਦਿੱਤਾ ਇੱਕ ਉਹ ਸਿਸਟਮ ਦੇ ਵਿੱਚ ਸਾਨੂੰ ਦਿੱਤਾ ਕਿ ਇਹਨੂੰ ਬਿਲਾਵਲ 'ਚ ਗਾਓ ਤੁਸੀਂ ਇਸ ਰਾਗ ਨੂੰ ਰਾਗ ਦਾ ਮਤਲਬ ਅਨੁਸ਼ਾਸਨ ਡਿਸਿਪਲਿਨ ਵੀ ਹੈ ਹੈ ਨਾ ਕਿ ਤੁਹਾਨੂੰ ਬਿਲਕੁਲ ਇੱਕ ਡਿਸਿਪਲਿਨ 'ਚ ਬੰਨ੍ਹ ਦਿੰਦਾ ਕਿ ਇਹ 'ਚ ਇੰਨੇ ਸਵਰ ਲੱਗਦੇ ਨੇ ਅਲੱਗ ਸਵਰ ਨਹੀਂ ਲਗਾਉਣੇ ਤੁਹਾਨੂੰ ਬੰਨ੍ਹਤਾ ਕੋਈ ਵੱਡੀ ਤਾਲ ਲੈਣੀ ਹੈ 3 ਤਾਲ ਤੁਹਾਡਾ ਤਾਲ ਵੱਲ ਵੀ ਧਿਆਨ ਹੈ ਤੁਹਾਡਾ ਰਾਗ ਦੇ ਸੁਰਾਂ ਵੱਲ ਵੀ ਧਿਆਨ ਹੈ ਸ਼ਬਦ ਹੈ ਬਿਲਕੁਲ ਮਨ ਨੂੰ ਆਸੇ ਪਾਸੇ ਹਿੱਲ ਨਹੀਂ ਦਿੰਦਾ ਰਾਗ ਬੰਨ੍ਹ ਦਿੱਤਾ ਤਾਂ ਗੁਰ ਸ਼ਬਦ ਨੇ ਆਪਣਾ ਅਸਰ ਟਿਕੇ ਹੋਏ ਮਨ 'ਚ ਕੰਟਰੋਲ ਹੋਏ ਮਨ 'ਚ ਗੁਰ ਸ਼ਬਦ ਨੇ ਆਪਣਾ ਅਸਰ ਪਾ ਹੀ ਦੇਣਾ ਹੈ